ਦੋਸਤੋ ਅੱਜ ਮੈਂ ਤੁਹਾਡੇ ਨਾਲ ਆਪਣੀ ਬੀਤੀ ਹੋਈ ਕਹਾਣੀ ਯਾਨੀ ਕਿ ਆਪਣੀ ਹੱਡ ਬੀਤੀ ਹੋਈ ਕਹਾਣੀ ਤੁਹਾਡੇ ਸਾਹਮਣੇ ਬਿਆਨ ਕਰਨੀ ਚਾਹੁੰਦਾ। ਤੁਹਾਡੇ ਆਸ਼ੀਰਵਾਦ ਨਾਲ ਜਦੋਂ ਸਭ ਤੋਂ ਪਹਿਲੀ ਕੈਸਰ ਮਾਰਕੀਟ ਦੇ ਵਿੱਚ ਆਈ ਮਾਹੀਆ ਵਿੱਚ ਪ੍ਰਦੇਸ਼ਾਂ ਦੇ, ਫਿਰ ਜੀਵੇ ਸੋਹਣਿਆ ਜੀ, ਫਿਰ ਨੂਰ ਤੇਰੇ ਨੈਣਾਂ ਦਾ, ਫਿਰ ਈਦ ਵਾਲਾ ਚੰਦ, ਫਿਰ ਚਿਰਾਗ ਮੁਹੱਬਤ, ਜਿਨ੍ਹਾਂ ਕੈਸਤਾਂ ਨੂੰ ਤੁਸੀਂ ਰੱਜ ਕੇ ਸੁਣਿਆ, ਮਨਾ ਮੂਹੀ ਬੇਹੱਦ ਪਿਆਰ ਦਿੱਤਾ। ਤੇਰੇ ਨਾਮ ਬਿਨਾ ਮੇਰੇ ਦਾਤਾ ਤੇ ਮੈਨੂੰ ਕੌਣ ਗਰੀਬ ਨੂੰ ਜਾਣਦਾ, ਉਹ ਤੇਰਾ ਨਾਂ ਲੈ ਕੇ ਲੰਘ ਪਾਰ ਜਾਵਾ ਤੇ ਮੈਨੂੰ ਆਸਰਾ ਤੇਰੇ ਨਾਮ ਦਾ ਏ। ਇਸ ਤੋਂ ਬਾਅਦ 9 ਅਕਤੂਬਰ 1996 ਮੌਤ ਨੇ ਦੁਰਗੇ ਰੰਗੀਲੇ ਨੂੰ ਇੱਕ ਖਤ ਲਿਖਿਆ, ਦੁਰਗਿਆ ਰੰਗੀਲਿਆ ਤੈਨੂੰ ਗਾਉਣ ਨਹੀਂ ਦੇਣਾ, ਤੈਨੂੰ ਪੰਜਾਬੀਆਂ ਦੀ ਸੇਵਾ ਨਹੀਂ ਕਰਨ ਦੇਣੀ। ਇੱਕ ਬਹੁਤ ਵੱਡੇ ਅਟੈਕ ਨੇ ਬਾਹਰ ਕੀਤਾ। ਦੋਸਤੋ ਮੈਨੂੰ ਕਾਰ ਦੇ ਵਿੱਚ ਪਾਇਆ, ਮੈਂ ਆਪਣੇ ਪਰਿਵਾਰ ਨੂੰ, ਖਾਸ ਕਰਕੇ ਆਪਣੀ ਵਾਈਫ ਕਾਕੀ ਬੇਗਮ ਨੂੰ ਇਹ ਬੇਨਤੀ ਕੀਤੀ ਕਿ ਮੈਨੂੰ ਇੱਕ ਵਾਰ ਜਾਣ ਤੋਂ ਪਹਿਲਾਂ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਦਰਬਾਰ ਤੇ ਲੈ ਚੱਲੋ, ਸ਼ਾਇਦ ਮੈਂ ਮੁੜ ਕੇ ਆਵਾਂ ਜਾਂ ਨਾ। ਜਿਸ ਦਿਨ ਡਾਲਰ ਉਹਦਾ ਫੜਿਆ, ਦੁੱਖਾਂ ਤੋਂ ਛੁਟਕਾਰਾ ਕਰਿਆ, ਮੈਂ ਜਿਸ ਦਿਨ ਡਾਲਰ ਉਹਦਾ ਫੜਿਆ, ਦੁੱਖਾਂ ਤੋਂ ਛੁਟਕਾਰਾ ਕਰਿਆ, ਦੁੱਖਾਂ ਤੋਂ ਛੁਟਕਾਰਾ ਕਰਿਆ, ਅੱਜ ਮੈਂ ਉਹਦਾ ਦਿੱਤਾ ਖਾਂਦਾ, ਉਹਦਾ ਦਿੱਤਾ ਖਾਂਦਾ ਰਹਿਮਤ ਮੌਲਾ ਦੀ, ਮੈਂ ਮਿੱਟੀ ਦਾ ਦੁਆ ਕੀਤੀ। ਮੇਰਿਆ ਪੀਰਾ, ਲੱਖਾਂ ਦੇ ਦਾਤਿਆ, ਤੂੰ ਤਾਂ ਉਹ ਪੀਰ ਹੈ ਜਿਨ੍ਹਾਂ ਨੇ ਦਾਨੀ ਜੱਤੀ ਦਾ ਮੋਇਆ ਪੁੱਤਰ ਜਿਉਂਦਾ ਕਰ ਦਿੱਤਾ, ਜਿਹੜੇ ਸੰਗਲ ਬੇੜੀਆਂ ਤੜਾ ਦਿੰਦੇ ਆ, ਜਿਹੜੇ ਮੋਇਆਂ ਨੂੰ ਜ਼ਿੰਦਗੀ ਦੇ ਦਿੰਦੇ ਆ। ਮੇਰੇ ਮਾਲਕਾ, ਜੇ ਤੂੰ ਅੱਜ ਕਿਤੇ ਮੈਨੂੰ ਜ਼ਿੰਦਗੀ ਬਖਸ਼ ਦੇ, ਮੈਂ ਤੰਦਰੁਸਤੀ ਨਾਲ ਮੁੜ ਕੇ ਆਵਾਂ, ਸਭ ਤੋਂ ਪਹਿਲਾਂ ਤੇਰੇ ਦਰ ਤੇ ਸਲਾਮ ਕਰਾਂ ਮਾਲਕਾ। ਲਾਲਾਂ ਵਾਲੇ ਪੀਰ, ਤੇਰੇ ਧੂਣੀਆਂ ਦੇ ਮੇਲੇ ਤੇ ਮੈਂ ਗਾ ਕੇ ਹਾਜ਼ਰੀ ਦਵਾਇਆ ਕਰਾਂ ਹਰ ਸਾਲ। ਸੁਰਦੀ ਸਮਝ ਸਿਖਾਈ ਇਹ ਵੀ ਤਾਇਓ ਦੀ ਵੱਡੀ।
ਸਾਰਿਆਂ ਨੂੰ ਲੈ ਕੇ ਸਾਰੇ ਜਣੇ ਪੀਜੀਆਈ ਪਹੁੰਚੇ ਤਾਂ ਮੇਰੇ ਪੀਰ ਨੇ ਐਸਾ ਕਰਮ ਕੀਤਾ ਕਿ ਜਾਂਦੀ ਸਾਰ ਮੈਨੂੰ ਡਾਕਟਰਾਂ ਨੇ ਸਾਂਭ ਲਿਆ, ਜਿਵੇਂ ਮੇਰੇ ਪੀਰ ਨੇ ਆਪ ਹੀ ਸਾਰਾ ਕੁਛ ਕਰ ਦਿੱਤਾ। ਔਰ ਮੁੜ ਕੇ ਤੰਦਰੁਸਤ ਹੋ ਕੇ ਅੱਜ ਲਾਲਾਂ ਵਾਲੇ ਪੀਰ ਦੀ ਕਿਰਪਾ ਨਾਲ ਤੇ ਤੁਹਾਡੀਆਂ ਦੁਆਵਾਂ ਸਦਕਾ, ਆਪਣੇ ਪਰਿਵਾਰ ਦੀ ਮਿਹਨਤ ਸਦਕਾ ਮੈਂ ਫੇਰ ਤੁਹਾਡੇ ਜੋੜੇ ਝਾੜਨ ਦੇ ਕਾਬਲ ਹੋ ਗਿਆ। ਆਪਣੇ ਪੀਰ ਦਾ ਸ਼ੁਕਰਾਨਾ ਕਰਦਿਆਂ ਇਹ ਗੱਲ ਜ਼ਰੂਰ ਆਖਾਂਗਾ ਕਿ ਅੱਜ ਮੈਂ ਜੋ ਵੀ ਹਾਂ, ਜਿੱਥੇ ਵੀ ਹਾਂ, ਜਿਸ ਮੁਕਾਮ 'ਤੇ ਵੀ ਹਾਂ, ਉਹਨੂੰ ਵੀ ਗਲ ਨਾਲ ਲਾਉਂਦੇ ਨੇ ਜਿਹਦੇ ਤਨ 'ਤੇ ਪਾਟੀਆਂ ਲੀਰਾਂ ਨੇ, ਜਿੰਨੀ ਰਹਿਮਤ ਹੋਈ ਦੁਰਗੇ 'ਤੇ ਸਭ ਕੀਤੀ ਪੀਰ ਫਕੀਰ। ਛੱਪੀ ਰੰਗੀਲਾ ਉਹਦਾ ਹੋਇਆ, ਛੱਪੀ ਰੰਗੀਲਾ ਉਹਦਾ ਹੋਇਆ।